गली के मुंडे कुड़ियों नूं उकसाउंदा हैगा नाले ना उत्थों शराब लिया के उहदे च लग्गिया होया एक्साइज़ च शराब लिया के सारिआं नूं पिआउंदा है। असीं तां इहो जिहा कुछ नहीं कीता। पूरा रौला ही इह गली मंग गिआ होर 10-5 फुट। पहलां मैं आपदे मकान च इहनां नूं गली दित्ती ते 3 फुट जगह परले पासे इहनां दी कोठी नाल दित्ती। शिकायत नहीं कीती। हुण इहनूं शिकायत दा की मौका मिल गिआ? ਜਦੋਂ ਸਾਡੇ ਨਾਲ ਬਦਖੋਈਆਂ ਕਰਨ ਲੱਗ ਗਿਆ, ਸਾਨੂੰ ਦਰਵਾਜ਼ਾ ਵੀ ਨਹੀਂ ਖੋਲ੍ਹਦਾ ਸੀ ਅਤੇ ਅਸੀਂ ਕੇਸ ਨਹੀਂ ਕਰਨਾ ਸੀਗਾ। 10 ਸਾਲ ਹੋ ਗਏ ਮੈਨੂੰ ਕੇਸ ਕੀਤੇ ਨੂੰ, ਅੱਜ ਫੈਸਲਾ ਹੋਇਆ 10 ਸਾਲ ਦਾ। ਜੇ ਮੈਂ ਪਹਿਲਾਂ ਕਰਵਾਉਣਾ ਚਾਹੁੰਦੀ ਸੀ ਮੈਂ ਕਰਵਾ ਸਕਦੀ ਸੀ, ਪਰ ਮੈਂ ਕਿਹਾ ਨਹੀਂ। ਬੈਠ ਕੇ ਗਿਆ ਜੀ 2-3 ਵਾਰ ਘਰ, ਕਹਿੰਦੀ ਮੈਨੂੰ ਢਾਹ ਕੇ ਦੇ ਦੀ ਬੈਠਕਾਂ, ਢਾਹ ਕੇ ਪਹਿਲਾਂ ਬੈਠਕਾਂ ਢਾਹ ਕੇ ਇਹਨਾਂ ਨੂੰ ਗਲੀ ਦਿੱਤੀ। ਸਾਰਾ 2 ਬੈਠਕਾਂ ਢਾਹੀਆਂ, ਰਸੋਈ ਢਾਈ, ਗੁਸਲ ਬਾਥਰੂਮ ਢਾਹਿਆ, ਗੁਸਲਖਾਨਾ ਸਾਰਾ। ਇਹ ਜਿਹੜਾ ਯੂਨੀਅਨ ਵਾਲੇ ਲੋਕਾਂ ਨੂੰ ਲੈ ਕੇ ਆਇਆ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕੀ ਸਟੋਰੀ ਹੈ? ਉਹਨਾਂ ਨੇ ਤਾਂ ਇੱਕ ਇੱਕ ਬੰਦੇ ਦੀ ਗੱਲ ਸੁਣੀ ਨਾ। ਇਹ ਤਾਂ ਕਦੇ ਯੂਨੀਅਨ ਦੇ ਉੱਥੇ ਕਿਸਾਨ ਮਿਲੇ ਉੱਥੇ ਗਿਆ ਵੀ ਨਹੀਂ ਸੀ ਯੂਨੀਅਨ 'ਚ। ਰੌਲਾ ਜੀ ਸਾਡਾ ਆਪਦੀ ਭੈਣ ਨਾਲ ਹੀ ਆ, ਪਹਿਲਾਂ ਗਲੀ ਦਿੱਤੀ ਹੋਈ ਹੈ ਨਿਰਮਲ ਰਿਸ਼ੀ ਨਾਲ। ਕੌਣ ਨੇ ਨਿਰਮਲ ਰਿਸ਼ੀ? ਮੇਰੀ ਭੈਣ ਹੈ ਵੱਡੀ। ਮੈਂ ਦਿੱਲੀ ਵੀ ਗਈ ਹਾਂ, ਮੈਂ ਪੈਸੇ ਵੀ ਦਿੱਤੇ ਆ, ਮੈਂ ਸਾਰਿਆਂ ਨੂੰ ਮਿਲ ਕੇ ਵੀ ਆਈ ਹਾਂ, ਮੈਂ ਬੋਲੀ ਵੀ ਹਾਂ। ਇਹਨੂੰ ਪੁੱਛੋ ਕਦੋਂ ਗਿਆ? ਇਹਦਾ ਪੁੱਤਾ ਪੁਲਿਸ 'ਚ ਹੈਗਾ, ਨੌਕਰੀ ਕਰਦਾ। ਹੁਣ ਇਹਦਾ ਲੜਕਾ ਰਵਿੰਦਰ ਰਿਸ਼ੀ ਇਹ IRB 'ਚ ਲੱਗਿਆ ਹੋਇਆ, ਡੈਪੂਟੇਸ਼ਨ 'ਤੇ ਗਿਆ ਹੋਇਆ। ਸਾਰੀ ਚੱਕ ਉਹਦੀ ਹੈ, ਪੁਲਿਸ ਵਾਲਿਆਂ ਨੂੰ ਦੂਜੇ ਦਿਨ ਸਾਡੇ ਘਰ ਭੇਜ ਦਿੰਦਾ। ਰੌਲਾ ਜੀ ਸਾਡਾ ਆਪਦੀ ਭੈਣ ਨਾਲ ਹੀ ਆ, ਪਹਿਲਾਂ ਗਲੀ ਦਿੱਤੀ ਹੋਈ ਹੈ ਨਿਰਮਲ ਰਿਸ਼ੀ ਨਾਲ। ਕੌਣ ਨੇ ਨਿਰਮਲ ਰਿਸ਼ੀ? ਮੇਰੀ ਭੈਣ ਹੈ ਵੱਡੀ। ਕਿੱਥੇ ਰਹਿੰਦੇ ਇਹ? ਲੁਧਿਆਣੇ ਰਹਿੰਦੇ, ਕੋਠੀਆਂ ਪਾਈਆਂ ਹੋਈਆਂ ਨੇ। ਕੀ ਕੰਮ ਕਰਦੇ ਆ? ਫਿਲਮਾਂ 'ਚ ਆਈ ਇਹ। ਅੱਛਾ, ਹੁਣ ਰੌਲਾ ਦੱਸੋ ਪੂਰਾ ਕੀ ਹੈ? ਪੂਰਾ ਰੌਲਾ ਜੀ ਇਹ ਗਲੀ ਮੰਗ ਗਿਆ ਹੋਰ 10-5 ਫੁੱਟ। ਪਹਿਲਾਂ ਮੈਂ ਆਪਦੇ ਮਕਾਨ 'ਚ ਇਹਨਾਂ ਨੂੰ ਗਲੀ ਦਿੱਤੀ ਅਤੇ 3 ਫੁੱਟ ਜਗ੍ਹਾ ਪਰਲੇ ਪਾਸੇ ਇਹਨਾਂ ਦੀ ਕੋਠੀ ਨਾਲ ਦਿੱਤੀ। ਅਤੇ ਬਾਅਦ 'ਚ ਉਦੋਂ ਨਿਬੜਿਆ, ਉਦੋਂ ਸਾਲ ਬਾਅਦ ਇਹਨਾਂ ਨੇ ਫਿਰ ਮੇਰੇ 'ਤੇ ਕੇਸ ਕਰਤਾ। ਫਿਰ ਕੰਨ ਕੋ ਆਇਆ ਜੀ, ਗਲਤ ਰਿਪੋਰਟ ਦੇ ਗਿਆ, ਖਾਲੀ ਜਗ੍ਹਾ ਦਿਖਾ ਗਿਆ। ਇਹ ਜਿਹੜਾ ਮਕਾਨ ਹੈ ਜੀ, ਇਹ ਲਾਲ ਲਕੀਰ ਦੇ ਅੰਦਰ ਹੈ। ਮੈਂ 1975 ਦਾ ਮਕਾਨ ਪਾਇਆ ਹੋਇਆ, ਮੈਂ ਹੀ ਪਾਇਆ। ਹਾਂ, ਚੁੱਪ ਕਰ, ਚੁੱਪ ਕਰ। ਮਕਾਨ ਸਾਰਾ ਬਣਿਆ ਹੋਇਆ ਜੀ, ਬਸ। ਨਹੀਂ, ਹੁਣ ਕੀ ਕਾਰਵਾਈ ਕਰਵਾ ਰਹੀ ਹੈ ਤੁਹਾਡੇ? ਹੁਣ ਪੁਲਿਸ ਲਿਆਉਂਦੀ ਹੈ ਜੀ ਬਰੰਟ, 2 ਵਾਰ ਪਹਿਲਾਂ ਆ ਗਏ, 3ਜੀ ਵਾਰ ਹੁਣ ਆਏ ਨੇ। ਹੁਣ ਦੇਖੋ ਕੀ ਕਰਦੇ ਨੇ। ਬੈਠ ਕੇ ਗੱਲ ਨਹੀਂ ਕੀਤੀ ਕਿਉਂਕਿ ਤੁਹਾਡੀ ਉਹ ਭੈਣ ਹੈ ਵੀ? ਬੈਠ ਕੇ ਗਿਆ ਜੀ 2-3 ਵਾਰ ਘਰ, ਕਹਿੰਦੀ ਮੈਨੂੰ ਢਾਹ ਕੇ ਦੇ ਦੀ ਬੈਠਕਾਂ, ਢਾਹ ਕੇ ਪਹਿਲਾਂ ਬੈਠਕਾਂ ਢਾਹ ਕੇ ਇਹਨਾਂ ਨੂੰ ਗਲੀ ਦਿੱਤੀ। ਸਾਰਾ 2 ਬੈਠਕਾਂ ਢਾਹੀਆਂ, ਰਸੋਈ ਢਾਈ, ਗੁਸਲ ਬਾਥਰੂਮ ਢਾਹਿਆ, ਗੁਸਲਖਾਨਾ ਸਾਰਾ ਢਾਹ ਕੇ ਇਹਨਾਂ ਨੂੰ ਗਲੀ ਦਿੱਤੀ। ਹੁਣ ਹੋਰ ਮੰਗਦੀ ਹੈ ਜੀ। ਤੁਹਾਡੀ ਕੀ ਮੰਗ ਹੈ? ਮੈਨੂੰ ਤਾਂ ਐਂ ਵੀ ਜਿਵੇਂ ਹੈਗਾ ਠੀਕ ਹੈ, ਕੋਈ ਮੰਗ ਮਾੜੇ ਦੀ ਕਾਹਦੀ ਮੰਗ ਹੁੰਦੀ ਹੈ? ਇਹਦਾ ਤਕੜਿਆਂ ਦੀਆਂ ਮੰਗਾਂ ਨੇ। ਕੰਨਗੋ ਨੇ ਖਾਲੀ ਜਗ੍ਹਾ ਦਿਖਾ ਕੇ ਜੱਜ ਸਾਹਿਬ ਤੋਂ ਬਰੰਟ ਕਢਾ ਤੇ, ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸ਼ਿਕਾਇਤ ਨਹੀਂ ਕੀਤੀ। ਹੁਣ ਇਹਨੂੰ ਸ਼ਿਕਾਇਤ ਦਾ ਕੀ ਮੌਕਾ ਮਿਲ ਗਿਆ? ਜਦੋਂ ਸਾਡੇ ਨਾਲ ਬਦਖੋਈਆਂ ਕਰਨ ਲੱਗ ਗਿਆ, ਸਾਨੂੰ ਦਰਵਾਜ਼ਾ ਵੀ ਨਹੀਂ ਖੋਲ੍ਹਦਾ ਸੀ ਅਤੇ ਅਸੀਂ ਕੇਸ ਨਹੀਂ ਕਰਨਾ ਸੀਗਾ। 10 ਸਾਲ ਹੋ ਗਏ ਮੈਨੂੰ ਕੇਸ ਕੀਤੇ ਨੂੰ, ਅੱਜ ਫੈਸਲਾ ਹੋਇਆ 10 ਸਾਲ ਦਾ। ਜੇ ਮੈਂ ਪਹਿਲਾਂ ਕਰਵਾਉਣਾ ਚਾਹੁੰਦੀ ਸੀ ਮੈਂ ਕਰਵਾ ਸਕਦੀ ਸੀ, ਪਰ ਮੈਂ ਕਿਹਾ ਨਹੀਂ, ਜੋ ਜਾਇਜ਼ ਗੱਲ ਹੈ ਮੈਂ ਉਹੀ ਕਰਵਾਉਣੀ ਹੈ, ਨਜਾਇਜ਼ ਨਹੀਂ ਕਰਵਾਉਣੀ। ਇਹ ਜਿਹੜਾ ਯੂਨੀਅਨ ਵਾਲੇ ਲੋਕਾਂ ਨੂੰ ਲੈ ਕੇ ਆਇਆ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕੀ ਸਟੋਰੀ ਹੈ? ਉਹਨਾਂ ਨੇ ਤਾਂ ਇੱਕ ਇੱਕ ਬੰਦੇ ਦੀ ਗੱਲ ਸੁਣੀ ਨਾ। ਇਹ ਤਾਂ ਕਦੇ ਯੂਨੀਅਨ ਦੇ ਉੱਥੇ ਕਿਸਾਨ ਮਿਲੇ ਉੱਥੇ ਗਿਆ ਵੀ ਨਹੀਂ ਸੀ ਯੂਨੀਅਨ 'ਚ। ਦਿੱਲੀ ਪੁੱਛੋ ਇੱਕ ਵਾਰੀ ਕਿੰਨੀ ਵਾਰੀ ਗਿਆ। ਮੈਂ ਦਿੱਲੀ ਵੀ ਗਈ ਹਾਂ, ਮੈਂ ਪੈਸੇ ਵੀ ਦਿੱਤੇ ਆ, ਮੈਂ ਸਾਰਿਆਂ ਨੂੰ ਮਿਲ ਕੇ ਵੀ ਆਈ ਹਾਂ, ਮੈਂ ਬੋਲੀ ਵੀ ਹਾਂ। ਇਹਨੂੰ ਪੁੱਛੋ ਕਦੋਂ ਗਿਆ? ਇਹਦਾ ਪੁੱਤਾ ਪੁਲਿਸ 'ਚ ਹੈਗਾ, ਨੌਕਰੀ ਕਰਦਾ। ਹੁਣ ਇਹਦਾ ਲੜਕਾ ਰਵਿੰਦਰ ਰਿਸ਼ੀ ਇਹ IRB 'ਚ ਲੱਗਿਆ ਹੋਇਆ, ਡੈਪੂਟੇਸ਼ਨ 'ਤੇ ਗਿਆ ਹੋਇਆ। ਸਾਰੀ ਚੱਕ ਉਹਦੀ ਹੈ, ਪੁਲਿਸ ਵਾਲਿਆਂ ਦੂਜੇ ਦਿਨ ਸਾਡੇ ਘਰ ਭੇਜ ਦਿੰਦਾ। ਉਹ ਮੇਰੀ ਭਰਜਾਈ ਕਮਲੀ ਹੋ ਜਾਂਦੀ। ਜੇ ਕੋਈ ਸਾਡਾ ਇੱਕ ਅੱਧਾ ਬੰਦਾ ਪਿੰਡੋਂ ਮਿਲਦਾ, ਸਾਡੇ ਨਾਲ ਰਲਦਾ, ਉਹ 'ਤੇ ਕੇਸ ਕਰਨ ਨੂੰ ਤਿਆਰ ਹੋ ਜਾਂਦੇ ਆ, ਅਸੀਂ ਤੁਹਾਨੂੰ ਐਂ ਕਰ ਦਿਆਂਗੇ, ਐਂ ਕਰ ਦਿਆਂਗੇ। ਗਲੀ ਦੇ ਮੁੰਡੇ ਕੁੜੀਆਂ ਨੂੰ ਉਕਸਾਉਂਦਾ ਹੈਗਾ ਨਾਲੇ ਉੱਥੋਂ ਸ਼ਰਾਬ ਲਿਆ ਕੇ ਉਹਦੇ 'ਚ ਲੱਗਿਆ ਹੋਇਆ ਐਕਸਾਈਜ਼ 'ਚ, ਸ਼ਰਾਬ ਲਿਆ ਲੈ ਕੇ ਸਾਰਿਆਂ ਨੂੰ ਪਿਆਉਂਦਾ। ਅਸੀਂ ਤਾਂ ਇਹੋ ਜਿਹਾ ਕੁਛ ਨਹੀਂ ਕੀਤਾ, ਕਿਸੇ ਨੂੰ ਪੈਸਾ ਵੀ ਨਹੀਂ ਦਿੱਤਾ। ਜੱਜ ਸਾਹਿਬ ਸਾਨੂੰ ਜਾਣਦੇ ਸੀਗੇ, ਸਾਨੂੰ ਕੋਈ ਨਹੀਂ ਜਾਣਦਾ ਸੀ, ਸਾਨੂੰ ਕੋਈ ਪੁਲਿਸ ਵਾਲਾ ਵੀ ਨਹੀਂ ਜਾਣਦਾ ਸੀ। ਪੁਲਿਸ ਵਾਲੇ ਤਾਂ 4th ਦਿਨ ਸਾਡੇ ਘਰ ਆ ਜਾਂਦੇ ਆ, ਤੁਹਾਡੇ 'ਤੇ ਕੇਸ ਹੈ ਜੀ, ਤੁਹਾਡੇ 'ਤੇ ਕੇਸ ਹੈ ਜੀ, ਸਾਡੀ ਛੱਤ ਢਾਤੀ ਜੀ, ਸਾਡੇ ਐਂ ਕਰਤਾ ਜੀ, ਸਾਡੇ ਐਂ ਕਰਤਾ, ਸਾਡੇ ਹੀ ਘਰ 'ਚ ਸਾਡੇ ਨਾਲ ਹੀ ਬਦਖੋਈਆਂ ਕਰਦਾ ਰਿਹਾ। ਆਹ ਸਾਡੇ ਭਰਾ ਦਾ ਹਾਲ ਹੈ ਜੀ, ਰੋਸ਼ਨ ਲਾਲ ਰਿਸ਼ੀ ਦਾ ਅਤੇ ਉਹਦੇ ਪੁੱਤ ਰਵਿੰਦਰ ਰਿਸ਼ੀ ਦਾ ਅਤੇ ਉਹਦਾ ਜਿਹੜਾ ਲੜਕਾ ਕੋਹਿਤ ਰਿਸ਼ੀ, ਇਹ ਸਾਰੇ ਇਕੱਠੇ ਮਿਲੇ ਹੋਏ ਆ। ਔਰ ਆਪ ਨੌਕਰੀ 'ਤੇ ਚਲਾ ਜਾਂਦਾ,
ਪਿਓ ਨੂੰ ਤੇ ਤੀਵੀਂ ਉਹਦੀ ਉਹਨੂੰ ਚੱਕ ਦਿੰਦਾ, ਆਪਦੇ ਪੁੱਤ ਪੁੱਤ ਨੂੰ ਚੱਕ ਦਿੰਦਾ ਵੀ ਤੁਸੀਂ ਬੋਲੋ, ਮਾਂ ਅੰਦਰ ਬੈਠੀ ਹੈ, ਲੜਾਈ ਜਾਂਦੀ ਹੈ ਸਾਡੇ ਨਾਲ, ਅਸੀਂ ਇੱਕ ਵੀ ਲਫ਼ਜ਼ ਨਹੀਂ ਕਿਹਾ, ਕਦੇ ਅਸੀਂ ਥਾਣੇ ਸ਼ਿਕਾਇਤ ਨਹੀਂ ਕੀਤੀ। ਇੱਕ ਵਾਰੀ ਕੀਤੀ ਹੈ ਜਦੋਂ ਇਹ ਟੋਇਲਟ ਬਣਾ ਰਿਹਾ ਸੀ ਤਾਂ ਅਸੀਂ ਸਿਰਫ ਇੰਨਾ ਪੁਲਿਸ ਨੂੰ ਕਿਹਾ ਸੀ ਵੀ ਭਾਈ ਇਹਦੇ 'ਤੇ ਕੇਸ ਚੱਲਦਾ, ਟੋਇਲਟ ਨਾ ਬਣਾਵੇ ਤਾਂ ਪੈਸੇ ਖਰਾਬ ਜਾਣਗੇ। ਕਹਿੰਦਾ ਮੈਂ ਇਸ ਘਰ ਨੂੰ ਲੈ ਕੇ ਦਿਖਾਊਂਗਾ, ਇਹ ਕੌਣ ਹੁੰਦੇ ਰੱਖਣ ਵਾਲੇ, ਇਹਨਾਂ ਦਾ ਬੇਟਾ ਰਵਿੰਦਰ ਰਿਸ਼ੀ। ਇਹੋ ਜਿਹੀਆਂ ਗੱਲਾਂ ਕਰਦੇ ਹੈ। ਪੁਲਿਸ 'ਚ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਪਿੰਡ ਨੂੰ ਤੰਗ ਕਰੋ, ਆਪਦੇ ਭੈਣ ਭਰਾਵਾਂ ਨੂੰ ਤੰਗ ਕਰੋ। ਇਹਨਾਂ ਨੇ ਮੇਰੀ ਅਖਬਾਰ 'ਚ ਖ਼ਬਰ ਕਰਾਈ ਔਰ ਜਿੱਥੇ ਵੀ ਮੈਂ ਰਹਿੰਦੀ ਹਾਂ ਹਰ ਇੱਕ ਨੂੰ ਮਾੜੀਆਂ ਮਾੜੀਆਂ ਗੱਲਾਂ ਕਰਦਾ ਰਿਹਾ। ਮੈਂ ਤੁਹਾਨੂੰ ਹੁਣ ਟੀ ਵੀ 'ਤੇ ਨਹੀਂ ਦੱਸ ਸਕਦੀ ਜਿੰਨਾ ਕੁਛ ਇਹ ਮੈਨੂੰ ਬੋਲਦਾ ਰਿਹਾ, ਮੇਰੀ ਭਰਜਾਈ ਨੂੰ ਬੋਲਦਾ ਰਿਹਾ, ਇਹਦੀ ਡਾਟਰ ਨਾਲ ਬੋਲਦੀ ਰਹੀ ਹੈ। ਪੁੱਛੋ ਤਾਂ ਸਹੀ, ਇਹਨੂੰ ਇੱਕ ਵਾਰੀ ਪੁੱਛ ਲਓ ਵੀ ਰੋਸ਼ਨ ਲਾਲ ਜੀ ਤੁਸੀਂ ਆਹ ਕੰਮ ਕਰਦੇ ਰਹੇ ਹੋ। ਮੈਮ ਤੁਹਾਡੇ ਬ੍ਰਦਰ ਨੇ ਉਹ ਕਿਸਾਨ ਯੂਨੀਅਨ ਲੈ ਕੇ ਬਾਹਰ 'ਚ ਬੈਠੇ ਹੈ, ਕਹਿ ਰਹੇ ਕਿ ਮੇਰੀ ਜਿਹੜੀ ਸਿਸਟਰ ਹੈ ਸਾਡੇ ਨਾਲ ਧੱਕਾ ਕਰ ਰਹੀ ਹੈ, ਮੇਰਾ ਮਕਾਨ ਢਹਾ ਰਹੀ ਹੈ ਅਦਾਲਤ ਦੇ ਰਾਹੀਂ। ਕੀ ਗੱਲ ਹੈ ਜੀ? ਪਹਿਲੀ ਗੱਲ ਕਿ ਮਕਾਨ ਉਹਦਾ ਨਹੀਂ ਹੈ, ਉਹਦੇ ਪਿਓ ਦਾ ਵੀ ਨਹੀਂ ਹੈ। ਮਕਾਨ ਜਿਹੜਾ ਹੈ ਮੇਰੇ ਚਾਚੇ ਨੇ ਮੈਨੂੰ ਦਿੱਤਾ ਸੀ, ਮੈਂ ਸ਼ਾਦੀ ਨਹੀਂ ਕਰਵਾਈ ਸੀ, ਮੈਂ ਹਰ ਕੰਮ ਕਰਦੇ ਹਰ ਗੱਲ ਮੈਂ ਪੂਰਾ ਕਰਦੀ ਰਹੀ ਹਾਂ ਜਦੋਂ ਦੀ ਜੋਬ ਲੱਗੀ ਹੈ। ਇਹਨਾਂ ਦੇ ਟੱਬਰ ਦਾ ਵੀ ਕੰਮ ਕੀਤਾ ਅਤੇ ਜਿਹੜਾ ਹੁਣ ਟੱਬਰ ਆ ਉਹਨਾਂ ਦਾ ਵੀ ਕੰਮ ਕਰਦੀ ਰਹੀ ਹਾਂ, ਸਾਰੇ ਪੈਸੇ ਮੈਂ ਖਰਚਦੀ ਰਹੀ ਹਾਂ। ਹੁਣ ਅਦਾਲਤ ਇਹ ਜਦੋਂ ਸਾਡੇ ਨਾਲ ਬਦਖੋਈਆਂ ਕਰਨ ਲੱਗ ਗਿਆ ਤਾਂ ਫਿਰ ਮੈਂ ਅਦਾਲਤ 'ਚ ਕੇਸ ਦੇਣਾ ਹੀ ਸੀਗਾ ਵੀ ਮੈਂ ਵੀ ਤਾਂ ਇਸ ਉਮਰ 'ਚ ਆ ਕੇ ਕਿਤੇ ਰਹਿਣਾ। ਮੈਂ ਸਾਰੀ ਉਮਰ ਰੈਂਟ 'ਤੇ ਰਹਿੰਦੀ ਰਹੀ ਹਾਂ, ਅੱਜ ਵੀ ਮੈਂ ਰੈਂਟ 'ਤੇ ਬੈਠੀ ਹਾਂ ਅਤੇ ਮੈਂ ਹੁਣ ਬਾਹਰ ਦਾ ਕਿਤੇ ਘਰ ਪਾ ਨਹੀਂ ਸਕਦੀ। ਮੈਨੂੰ ਕੋਈ ਲੁੱਕ ਐਫਟਰ ਕਰਨ ਵਾਲਾ ਵੀ ਹੋਣਾ ਚਾਹੀਦਾ ਅਤੇ ਮੈਂ ਪਿੰਡ ਘਰ ਪਾ ਲਿਆ ਜਿਹੜਾ ਮੇਰਾ ਪ੍ਰੋਵੀਡੈਂਟ ਫੰਡ ਮਿਲਿਆ ਸੀ ਅਤੇ ਮੇਰੇ ਚਾਚੇ ਦੀ ਥਾਂ 'ਤੇ ਪਾਇਆ ਸੀ। ਜਿਹੜਾ ਬਾਕੀ ਹਿੱਸਾ ਚਾਚੇ ਦਾ ਇਹ ਰੋਕ ਕੇ ਬੈਠਾ ਸੀ, ਮੈਂ ਇਹਨੂੰ ਕਿਹਾ ਸੀ ਭਾਈ ਤੂੰ ਇਹ ਮੈਨੂੰ ਦੇ ਦੇ, ਇਹ ਮੈਨੂੰ ਦਿੰਦਾ ਨਹੀਂ ਸੀ। ਔਰ ਮੈਂ ਢਾਉਣ ਨੂੰ ਵੀ ਨਹੀਂ ਕਿਹਾ ਸੀਗਾ, ਮੈਂ ਕਿਹਾ ਸੀ ਤੂੰ ਇਸ ਘਰ 'ਚ ਬੇਸ਼ੱਕ ਰਹੀ ਜਾ, ਮੈਨੂੰ 5 ਫੁੱਟ ਮੂਹਰੋਂ ਥਾਂ ਦੇ ਦੇ। 5 ਫੁੱਟ ਸਾਨੂੰ ਦਿੱਤੀ ਹੋਈ ਸੀ ਤਾਂ ਕਿ ਆਂਢ ਗੁਆਂਢੀਆਂ ਨੂੰ ਵੀ ਕਹਿੰਦਾ ਸੀ ਵੀ 5 ਫੁੱਟ ਹੀ ਰਹੇ, ਅੱਗੇ ਪਿੱਛੇ ਨਾ ਹੋਵੇ। 5 ਫੁੱਟ ਥਾਂ ਦਿੱਤੀ ਸੀ, ਮੈਂ ਕਿਹਾ 5 ਫੁੱਟ ਤੂੰ ਮੈਨੂੰ ਇੱਥੋਂ ਥਾਂ ਦੇ ਦੇ, 3 ਫੁੱਟ ਪਿੱਛੋਂ ਦੇ ਦੇ ਵੀ ਹੁਣ ਗੋਡੇ ਹੈਗੇ ਉੱਤੇ ਨਹੀਂ ਜਾ ਸਕਦੇ ਵੀ ਧੁੱਪ ਲੈ ਲਿਆ ਕਰਾਂਗੇ। ਪਰ ਇਹ ਮੰਨਿਆ ਨਹੀਂ, ਇਹਨੇ ਕਿਸਾਨ ਯੂਨੀਅਨ ਨੂੰ ਬੁਲਾ, ਸਰਪੰਚਾਂ ਨੂੰ ਬੁਲਾ, ਅਖਬਾਰਾਂ 'ਚ ਕਢਾ, ਜੋ ਜੋ ਕੁਛ ਕੀਤਾ। ਇਹ ਸੱਚੀਆਂ ਗੱਲਾਂ ਦੱਸ ਰਹੀ ਹਾਂ ਮੈਂ। ਮੇਰਾ ਭਰਾ ਦਾ ਮੁੰਡਾ ਪੁਲਿਸ 'ਚ ਹੈ, IRB 'ਚ ਡੈਪੂਟੇਸ਼ਨ 'ਤੇ ਗਿਆ ਹੋਇਆ। ਸਭ ਤੋਂ ਜ਼ਿਆਦਾ ਖਰਾਬੀਆਂ ਉਹ ਕਰਦਾ। 21 ਸਾਲ 22 ਸਾਲ ਹੋ ਗਏ, ਮੈਂ ਕਿੰਨੀ ਵਾਰੀ ਥਾਣੇ ਜਾ ਕੇ ਆਈ ਹਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਕਿਸੇ ਵੀ ਥਾਣੇਦਾਰ ਨੂੰ ਪੁੱਛ ਲਓ ਸਾਡਾ ਕੀ ਕਸੂਰ ਸੀ, ਸਾਡਾ ਕੋਈ ਵੀ ਕਸੂਰ ਨਹੀਂ ਹੁੰਦਾ ਸੀ। ਇਹ ਸਾਨੂੰ ਪੁਲਿਸ ਬੁਲਾ ਕੇ ਥਾਣੇ ਲੈ ਕੇ ਜਾਂਦਾ, ਉੱਥੋਂ ਗਾਂ ਦਿੰਦਾ, ਇਹਦੀ ਜਿਹੜੀ ਡਾਟਰ ਨਾਲ ਆਏ ਇੰਨੀਆਂ ਗਾਂ ਸਾਨੂੰ ਦਿੰਦੀਆਂ ਗੰਦੀਆਂ ਗੰਦੀਆਂ ਗਾਲਾਂ। ਜੇ 2 ਬੰਦੇ ਘਰ ਵੀ ਆ ਜਾਂਦੇ ਤਾਂ ਕਹਿੰਦੀ ਤੁਹਾਡੇ ਖਸਮ ਆ ਗਏ। ਅਤੇ ਜੇ ਮੇਰਾ ਬ੍ਰਦਰ ਛੋਟਾ ਹੈ ਉਹਨੂੰ ਅੱਡ ਹੋਏ ਨੂੰ ਇੱਕ ਨਵਾਂ ਪੈਸਾ ਵੀ ਨਹੀਂ ਦਿੱਤਾ ਸੀ, ਇੱਕ ਸਿਰ ਪ੍ਰਾਣ ਦਿੱਤੀ ਸੀ। ਕੱਚਾ ਥਿਆਂ 'ਚ ਅਸੀਂ ਰਹਿੰਦੇ ਰਹੇ ਹਾਂ ਕਿੰਨੇ ਸਾਲ,